ਇਹ ਬ੍ਰੇਸਲੈਟ ਇੰਨੇ ਜ਼ਿਆਦਾ ਵਿਕੇ ਨੇ ਕਿ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਇਹ ਟੂਰ ਹੁੰਦਾ ਆ ਉਸ ਸ਼ਹਿਰ ਦੇ ਵਿੱਚ 300 ਤੋਂ ਲੈ ਕੇ 500% ਤੱਕ ਵਾਧਾ ਹੁੰਦਾ ਆ ਬੀਡਸ ਦੀ ਸੇਲਸ ਦੇ ਵਿੱਚ। ਮਾਈਕਲਸ ਜੋ ਕਿ ਇੱਕ ਬਹੁਤ ਜ਼ਿਆਦਾ ਪੋਪੂਲਰ ਆਰਟ ਸ਼ਾਪ ਹੈ, ਉਸਨੇ ਇਹ ਕਾਫੀ ਜ਼ਿਆਦਾ ਰਿਪੋਰਟ ਕੀਤਾ ਆ ਕਿ ਸਾਡੀ ਸੇਲਸ ਵੱਧ ਜਾਂਦੀਆਂ ਨੇ। ਟੇਲਰ ਸਵਿਫਟ ਦਾ ਨਾਂ ਹਰ ਰੋਜ਼ ਖਬਰਾਂ ਦੇ ਵਿੱਚ ਆ ਰਿਹਾ ਭਾਰਤੀ ਭਾਈਚਾਰੇ ਦੇ ਵਿੱਚ, ਬਹੁਤੇ ਲੋਕਾਂ ਨੂੰ ਹਾਲੇ ਵੀ ਜਾਣਕਾਰੀ ਨਹੀਂ ਪੂਰੀ, ਉਹਨਾਂ ਨੂੰ ਪਤਾ ਕਿ ਕੋਈ ਗਾਉਣ ਵਾਲੀ ਆਈ ਹੈ, ਗੋਰੀ ਗਾਉਣ ਵਾਲੀ ਹੈ, ਲੇਕਿਨ ਉਹ ਜਾਣਨਾ ਚਾਹੁੰਦੇ ਆ ਕਿ ਕੀ ਵਜ੍ਹਾ ਹੋਈ ਕਿ ਉਹ ਇੰਨੀ ਪਾਪੂਲਰ ਹੈ। ਨਾ ਪਹਿਲਾਂ ਵੀ ACDC ਬੀਟਲਸ ਵਾਲੇ ਆਏ, ਮਾਈਕਲ ਜੈਕਸਨ ਆਇਆ, ਪਰ ਇੰਨੀ ਕਿਸੇ ਦੀ ਗੁੱਡੀ ਨਹੀਂ ਚੜ੍ਹੀ। ਅਮੈਰੀਕਾ ਦੀ ਇਲੈਕਸ਼ਨ ਜਦੋਂ ਹੋਈ ਤਾਂ ਇਹਨਾਂ ਦੀ ਬਹੁਤ ਵੱਡੀ ਫੋਲੋਇੰਗ ਹੈ, ਕਮਲਾ ਹੈਰਿਸ ਦੀ ਇਹ ਮਦਦ ਕਰ ਰਹੇ ਸਨ, ਲੇਕਿਨ ਲੋਕਾਂ ਨੇ ਇਹਨਾਂ ਨੂੰ ਪਿਆਰ ਬਹੁਤ ਕਰਦੇ, ਸੁਣਦੇ ਬਹੁਤ, ਇਹਨਾਂ ਦੇ ਕਹੇ ਤੋਂ ਵੋਟਾਂ ਨਹੀਂ ਪਾਈਆਂ। ਜੀ ਜੀ ਬਿਲਕੁਲ, ਕਿਉਂਕਿ ਏਦਾਂ ਹੁੰਦਾ ਕਿ ਕਈ ਵਾਰੀ ਜਿਹੜੇ ਸਿਆਸੀ ਕੰਮ ਹੁੰਦੇ ਨੇ, ਸਿਆਸੀ ਮੁੱਦੇ ਹੁੰਦੇ ਨੇ, ਉਹ ਇਨਫਲੂਐਂਸ ਤਾਂ ਕਰ ਸਕਦੇ ਨੇ, ਸੈਲੀਬ੍ਰਿਟੀਜ਼ ਪਰ ਚੇਂਜ ਨਹੀਂ ਕਰ ਸਕਦੇ। ਤੇ ਜੇ ਅਸੀਂ ਸੋਚੀਏ ਭਾਰਤ ਬਾਰੇ, ਭਾਰਤ ਦੇ ਵਿੱਚ ਜਿਹੜੀ ਜਨਤਾ ਆ ਉਹ ਜ਼ਿਆਦਾਤਰ ਸੈਲੀਬ੍ਰਿਟੀਜ਼ ਦੀ ਗੱਲ ਸੁਣ ਕੇ ਆਪਣੇ ਫੈਸਲੇ ਬਦਲ ਲੈਂਦੀ ਆ, ਉੱਥੇ ਇਹ ਮਾਰਕੀਟਿੰਗ ਸਟ੍ਰੈਟਜੀ ਕੰਮ ਕਰਦੀ ਆ। ਪਰ ਨੌਰਥ ਅਮੈਰੀਕਾ ਵਿੱਚ ਜਿਹੜੇ ਦੇਸ਼ ਆ, ਕੰਜ਼ਿਊਮਰ ਸਾਈਕੋਲੋਜੀ ਇਹ ਕਹਿੰਦੀ ਆ ਕਿ ਸੈਲੀਬ੍ਰਿਟੀਜ਼ ਦੇ ਕਹਿਣ ਉੱਪਰ ਲੋਕ ਆਪਣੇ ਪਰਚੇਸਿੰਗ ਡਿਸੀਜਨ ਜਾਂ ਵੋਟਿੰਗ ਡਿਸੀਜਨ ਬਹੁਤਾ ਨਹੀਂ ਬਦਲਦੇ। ਕਹਿੰਦੇ ਵੀ 34 ਸਾਲ ਦੀ ਇਹ ਗਾਉਣ ਵਾਲੀ ਆ ਤੇ ਇਹਨਾਂ ਨੇ 60 ਸ਼ੋਜ਼ ਦੇ ਵਿੱਚ ਤਕਰੀਬਨ ਬਿਲੀਅਨ ਡਾਲਰ ਜਿਹੜਾ ਉਹ ਅਰਨ ਕੀਤਾ ਇਹਦੇ ਵਿੱਚੋਂ, ਬਹੁਤ ਵੱਡੀ ਰਕਮ ਹੈ ਕਹਿੰਦੇ ਇਹ। ਸੋ ਹਾਲੇ ਤੱਕ ਹੋਰ ਸਪਿਨ ਆਫ ਜਿਹੜੇ ਇਹਦੇ ਇਨਕਮ ਆ ਉਹ ਆਈ ਜਾਣੀ ਹੈ। ਟੇਲਰ ਸਵਿਫਟ ਦਾ ਨਾਂ ਹੁਣ ਤੁਸੀਂ ਤਕਰੀਬਨ ਹਰ ਰੋਜ਼ ਸੁਣ ਰਹੇ ਹੋ, ਉਹਨਾਂ ਨੇ ਜਿਹੜਾ ਆਪਣਾ ਟੂਰ ਸ਼ੁਰੂ ਕੀਤਾ ਹੈ, ਇਹ ਮਸ਼ਹੂਰ ਗਾਉਣ ਵਾਲੀ ਹੁਣ ਗਾਉਣ ਵਾਲੀ ਨਹੀਂ ਸਗੋਂ ਇੱਕ ਦੁਨੀਆ ਦਾ ਇੱਕ ਗਲੋਬਲ ਫਨੋਮਨਾ ਬਣ ਗਈ ਹੈ। ਇਹ ਕੀ ਵਜ੍ਹਾ ਹੋਈ ਕਿ ਬਾਕੀ ਵੀ ਗਾਉਣ ਵਾਲੇ ਸਨ, ਇਹ ਗਾਉਣ ਵਾਲੀ ਇੰਨੀ ਪਾਪੂਲਰ ਕਿਉਂ ਹੋਈ, ਜਿੱਥੇ ਲੋਕ ਵਹੀਰਾਂ ਕੱਤ ਕੱਤ ਕੇ ਆ ਰਹੇ ਹਨ, ਹਰ ਸ਼ੋਅ ਉਹਨਾਂ ਦਾ ਸੋਲਡ ਜਾ ਰਿਹਾ ਹੈ, ਔਰ ਹੁਣ ਤਕਰੀਬਨ 160,000 ਲੋਕ ਵੈਂਕੂਵਰ 3 ਦਿਨਾਂ ਦੇ ਵਿੱਚ ਵਿੱਚ ਵਾਰੀ ਵਾਰੀ ਆ ਕੇ ਉਹਨਾਂ ਨੂੰ ਸੁਣਨਾ ਚਾਹੁੰਦੇ ਨੇ। ਜਿਹੜੀ ਸਟੇਜ ਦੇ ਉੱਤੇ ਉਹ ਗਾਉਂਦੇ ਨੇ, ਜਿੱਥੋਂ ਲੋਕ ਸੁਣ ਸਕਦੇ ਅਤੇ ਦੇਖ ਸਕਦੇ ਨੇ, ਉਹ ਹੈ ਸੋ ਹੈ ਕੰਧ ਦੇ ਪਿੱਛੇ, ਸਟੇਜ ਦੇ ਪਿਛਲੇ ਪਾਸੇ ਜਿੱਥੋਂ ਉਹਨਾਂ ਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ। ਲੋਕ ਉਹ ਟਿਕਟਾਂ ਵੀ $1,000 ਦੇ ਕੇ ਖਰੀਦ ਰਹੇ ਹਨ ਤਾਂ ਕਿ ਉਸ ਦੇ ਸੇਮ ਐਟਮੋਸਫੀਅਰ ਦੇ ਵਿੱਚ ਰਹਿਣਾ ਚਾਹੁੰਦੇ ਨੇ ਜਿੱਥੇ ਟੇਲਰ ਸਵਿਫਟ ਖੜ੍ਹੀ ਹੈ। ਸੋ ਨੈਨਾ ਗਰੇਵਾਲ ਜੀ ਸਾਨੂੰ ਦੱਸਣਗੇ ਕਿ ਕੀ ਵਜ੍ਹਾ ਹੋਈ ਕਿ ਉਹ ਇੰਨੇ ਪਾਪੂਲਰ ਹੋਏ ਨੇ, ਦਰਅਸਲ ਟੇਲਰ ਸਵਿਫਟ ਹੈ ਕੌਣ। ਨੈਨਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਮਿਸ ਜਿਥੇ ਨੂੰ ਤੇ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੁਣ ਟੇਲਰ ਸਵਿਫਟ ਦਾ ਨਾਂ ਹਰ ਰੋਜ਼ ਖਬਰਾਂ ਦੇ ਵਿੱਚ ਆ ਰਿਹਾ ਭਾਰਤੀ ਭਾਈਚਾਰੇ ਦੇ ਵਿੱਚ, ਬਹੁਤੇ ਲੋਕਾਂ ਨੂੰ ਹਾਲੇ ਵੀ ਜਾਣਕਾਰੀ ਨਹੀਂ ਪੂਰੀ, ਉਹਨਾਂ ਨੂੰ ਪਤਾ ਕਿ ਕੋਈ ਗਾਉਣ ਵਾਲੀ ਆਈ ਹੈ, ਗੋਰੀ ਗਾਉਣ ਵਾਲੀ ਹੈ, ਲੇਕਿਨ ਉਹ ਜਾਣਨਾ ਚਾਹੁੰਦੇ ਆ ਕਿ ਕੀ ਵਜ੍ਹਾ ਹੋਈ ਕਿ ਉਹ ਇੰਨੀ ਪਾਪੂਲਰ ਹੈ। ਨਾ ਪਹਿਲਾਂ ਵੀ ACDC ਬੀਟਲਸ ਵਾਲੇ ਆਏ, ਮਾਈਕਲ ਜੈਕਸਨ ਆਇਆ, ਪਰ ਇੰਨੀ ਕਿਸੇ ਦੀ ਗੁੱਡੀ ਨਹੀਂ ਚੜ੍ਹੀ। ਜੀ ਬਿਲਕੁਲ ਬਿਲਕੁਲ। ਸੋ ਦਸੰਬਰ 6-7-8 ਜਿਹੜਾ ਇਹ ਏਰਾਸ ਟੂਰ ਹੋ ਰਿਹਾ ਮਿਸਟਰ ਥਿੰਦ, ਇਹ ਏਰਾਸ ਟੂਰ ਐਕਚੁਲੀ ਪੂਰੇ ਵਿਸ਼ਵ ਦੇ ਵਿੱਚ ਹੋਇਆ, ਏਸ਼ੀਆ, ਆਸਟ੍ਰੇਲੀਆ, ਯੂਰਪ ਅਤੇ ਨੌਰਥ ਐਂਡ ਸਾਊਥ ਅਮੈਰੀਕਾ ਦੇ ਵਿੱਚ ਇਹ ਹੋ ਚੁੱਕਿਆ। ਵੈਨਕੂਵਰ ਉਹ ਲਾਸਟ ਡੈਸਟੀਨੇਸ਼ਨ ਆ, ਉਹ ਲਾਸਟ ਸ਼ਹਿਰ ਆ ਜਿੱਥੇ ਇਹ ਟੂਰ ਕੰਕਲੂਡ ਹੋ ਰਿਹਾ।
ਤੇ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਸਿੰਗਰਸ ਹੋਏ ਨੇ, ਪਰ ਅੱਜ ਤੱਕ ਕੋਈ ਵੀ ਟੂਰ ਜਿਹੜਾ ਹੈ ਵਰਲਡ ਟੂਰ, ਉਸਨੇ 1 ਬਿਲੀਅਨ ਤੋਂ ਜ਼ਿਆਦਾ ਸੇਲਸ ਨਹੀਂ ਪਾਰ ਕੀਤੀਆਂ, ਪਰ ਇਹ ਪਹਿਲਾ ਟੂਰ ਹੈ ਜਿਸ ਦੇ ਵਿੱਚ ਇੰਨਾ ਖਰਚਾ ਹੋ ਚੁੱਕਿਆ ਤੇ ਜਿਸ ਦੇ ਵਿੱਚ ਇੰਨੀਆਂ ਸੇਲਸ ਹੋ ਚੁੱਕੀਆਂ ਨੇ। ਟੇਲਰ ਸਵਿਫਟ ਵੈਸੇ ਤਾਂ US ਤੋਂ ਨੇ, ਅਮੈਰੀਕਾ ਤੋਂ ਨਹੀਂ, ਪੈਨਸਲਵੇਨੀਆ ਤੋਂ ਨੇ। ਇਹਨਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਕੰਟਰੀ ਮਿਊਜ਼ਿਕ ਦੇ ਵਿੱਚ ਕੀਤੀ ਸੀ, ਤੇ ਫਿਰ 2006 ਤੋਂ ਬਾਅਦ ਜਿਵੇਂ ਤੁਸੀਂ ਕਿਹਾ ਇਹ ਬਹੁਤ ਹੀ ਜ਼ਿਆਦਾ ਪ੍ਰਚਲਿਤ, ਬਹੁਤ ਹੀ ਜ਼ਿਆਦਾ ਪਾਪੂਲਰ ਹੋਏ ਨੇ। ਇਹਨਾਂ ਨੂੰ ਪਹਿਲਾਂ ਐਕਚੁਲੀ ਆਫਰ ਆਇਆ ਸੀ ਜਦੋਂ ਇਹ ਆਪਣੇ 10 ਈਅਰਸ ਦੇ ਵਿੱਚ ਸੀ ਕਿ ਇਹ ਦੂਸਰਿਆਂ ਦੇ ਲਿਖੇ ਹੋਏ ਗਾਣੇ ਗਾਉਣ, ਪਰ ਇਹਨਾਂ ਨੇ ਕਿਹਾ ਕਿ ਨਹੀਂ, ਮੈਂ ਆਪ ਲਿਖਣਾ ਚਾਹੁੰਦੀ ਹਾਂ ਤੇ ਆਪ ਗਾਉਣਾ ਚਾਹੁੰਦੀ ਹਾਂ। ਤੇ ਇਹਨਾਂ ਨੂੰ ਕਾਫੀ ਸਫਲਤਾ ਪ੍ਰਾਪਤ ਹੋਈ, ਇਹਨਾਂ ਨੂੰ 14 ਗ੍ਰੈਮੀ ਅਵਾਰਡਸ ਮਿਲ ਚੁੱਕੇ ਨੇ। ਤੇ ਮੈਨੂੰ ਲੱਗਦਾ ਕਿ ਇਹਨਾਂ ਦੀ ਸਫਲਤਾ ਦੀ ਇੱਕ ਦਾ ਇੱਕ ਕਾਰਨ ਇਹ ਆ ਕਿ ਜੋ ਵੀ ਇਹ ਲਿਖਦੇ ਨੇ ਉਹ ਸਾਰੀਆਂ ਚੀਜ਼ਾਂ ਬਹੁਤ ਯੂਨੀਵਰਸਲ ਨੇ, ਬਹੁਤ ਐਕਸੈਸੀਬਲ ਨੇ, ਆਪਾਂ ਸਾਰੇ ਉਹਨਾਂ ਵਿੱਚੋਂ ਗੁਜ਼ਰਦੇ ਹਾਂ। ਜਿਵੇਂ ਕਿ ਦਿਲ ਟੁੱਟਣ ਦੀ ਜਿਹੜੀ ਫੀਲਿੰਗ ਆ ਉਹ ਸਭ ਹੀ ਜਾਣਦੇ ਨੇ, ਉਹਨਾਂ ਬਾਰੇ ਕਾਫੀ ਲਿਖਦੇ ਨੇ, ਕਾਫੀ ਜ਼ਿਆਦਾ ਇਹ ਜੋਨਰਸ ਦੇ ਵਿੱਚ ਗਾ ਚੁੱਕੇ ਨੇ, ਤੇ ਬਹੁਤ ਵਧੀਆ ਇਹ ਬਿਜ਼ਨਸ ਐਕਿਊਮਨ ਵੀ ਰੱਖਦੇ ਨੇ। ਸੋ ਇਹਨਾਂ ਦੀ ਜਿਹੜੀ ਵਪਾਰ ਕਰਨ ਦੀ ਸਮਝ ਆ ਉਹ ਕਾਫੀ ਜ਼ਿਆਦਾ ਆ, ਤੇ ਇਸ ਕਾਰਨ ਇਹਨਾਂ ਦਾ ਬਹੁਤ ਵੱਡਾ ਫੈਨ ਬੇਸ ਵੀ ਆ, ਬਹੁਤ ਵਧੀਆ ਮਾਰਕੀਟਿੰਗ ਵੀ ਆ। ਇਹਨਾਂ ਦੇ ਫੈਨਸ ਨੂੰ ਸਵਿਫਟੀਜ਼ ਕਿਹਾ ਜਾਂਦਾ। ਅਮਰੀਕਾ ਦੀ ਇਲੈਕਸ਼ਨ ਜਦੋਂ ਹੋਈ ਤਾਂ ਇਹਨਾਂ ਦੀ ਬਹੁਤ ਵੱਡੀ ਫੋਲੋਇੰਗ ਆ, ਕਮਲਾ ਹੈਰਿਸ ਦੀ ਇਹ ਮਦਦ ਕਰ ਰਹੇ ਸਨ, ਲੇਕਿਨ ਲੋਕਾਂ ਨੇ ਇਹਨਾਂ ਨੂੰ ਪਿਆਰ ਬਹੁਤ ਕਰਦੇ, ਸੁਣਦੇ ਬਹੁਤ, ਇਹਨਾਂ ਦੇ ਕਹੇ ਤੋਂ ਵੋਟਾਂ ਨਹੀਂ ਪਾਈਆਂ। ਜੀ ਜੀ ਬਿਲਕੁਲ, ਕਿਉਂਕਿ ਏਦਾਂ ਹੁੰਦਾ ਕਿ ਕਈ ਵਾਰੀ ਜਿਹੜੇ ਸਿਆਸੀ ਕੰਮ ਹੁੰਦੇ ਨੇ, ਸਿਆਸੀ ਮੁੱਦੇ ਹੁੰਦੇ ਨੇ, ਉਹ ਇਨਫਲੂਐਂਸ ਤਾਂ ਕਰ ਸਕਦੇ ਨੇ ਸੈਲੀਬ੍ਰਿਟੀਜ਼, ਪਰ ਚੇਂਜ ਨਹੀਂ ਕਰ ਸਕਦੇ। ਤੇ ਜੇ ਅਸੀਂ ਸੋਚੀਏ ਭਾਰਤ ਬਾਰੇ, ਭਾਰਤ ਦੇ ਵਿੱਚ ਜਿਹੜੀ ਜਨਤਾ ਆ ਉਹ ਜ਼ਿਆਦਾਤਰ ਸੈਲੀਬ੍ਰਿਟੀਜ਼ ਦੀ ਗੱਲ ਸੁਣ ਕੇ ਆਪਣੇ ਫੈਸਲੇ ਬਦਲ ਲੈਂਦੀ ਆ, ਉੱਥੇ ਇਹ ਮਾਰਕੀਟਿੰਗ ਸਟ੍ਰੈਟਜੀ ਕੰਮ ਕਰਦੀ ਆ। ਪਰ ਨੌਰਥ ਅਮੈਰੀਕਾ ਵਿੱਚ ਜਿਹੜੇ ਦੇਸ਼ ਆ, ਕੰਜ਼ਿਊਮਰ ਸਾਈਕੋਲੋਜੀ ਇਹ ਕਹਿੰਦੀ ਆ ਕਿ ਸੈਲੀਬ੍ਰਿਟੀਜ਼ ਦੇ ਕਹਿਣ ਉੱਪਰ ਲੋਕ ਆਪਣੇ ਪਰਚੇਸਿੰਗ ਡਿਸੀਜਨ ਜਾਂ ਵੋਟਿੰਗ ਡਿਸੀਜਨ ਬਹੁਤਾ ਨਹੀਂ ਬਦਲਦੇ। ਸੋ ਇਹ ਜਿਹੜਾ ਰੁੱਖ ਆ ਉਹ ਤਾਂ ਨਹੀਂ ਬਦਲ ਪਾਏ ਜਿਹੜਾ ਇਲੈਕਸ਼ਨ ਸੀ ਉਸ ਦੇ ਮੁਤਲਕ, ਪਰ ਇਹਨਾਂ ਨੇ ਪੋਲੀਟਿਕਸ ਤੋਂ ਹਟ ਕੇ ਕਾਫੀ ਭੂਚਾਲ ਲੈ ਕੇ ਆਉਂਦੇ ਨੇ। ਐਕਚੁਲੀ ਇਹਨਾਂ ਦਾ ਜਿਹੜਾ ਸਿਆਟਲ ਦੇ ਵਿੱਚ ਟੂਰ ਹੋਇਆ ਸੀ ਉੱਥੇ ਤਾਂ ਇਹਨਾਂ ਦੇ ਟੂਰ ਨੇ ਧਰਤੀ ਹਿਲਾਤੀ। ਉੱਥੇ ਐਕਚੁਲੀ ਮੈਜ਼ਰ ਕੀਤਾ ਗਿਆ 2.3 ਮੈਗਨੀਟਿਊਡ ਦਾ ਅਰਥਕੁਏਕ ਜਦੋਂ ਇਹਨਾਂ ਦਾ ਸ਼ੋ ਹੋਇਆ ਸੀਗਾ ਸਿਆਟਲ ਦੇ ਵਿੱਚ। ਸੋ ਕਮਲਾ ਹੈਰਿਸ ਨੂੰ ਤਾਂ ਇਹ ਨਹੀਂ ਜਿਤਾ ਪਾਏ, ਪਰ ਇਹਨਾਂ ਨੇ ਲਿਟਰਲੀ ਅਮਰੀਕਾ ਦੇ ਵਿੱਚ ਆਪਣੇ ਟੂਰ ਦੇ ਥਰੂ ਧਰਤੀ ਹਿਲਾਤੀ ਸੀ। ਇਹ ਇਹਨਾਂ ਦੀਆਂ ਲਿਰਿਕਸ ਨੇ, ਪਰਫਾਰਮੈਂਸ ਆ, ਜਾਂ ਇਹਨਾਂ ਦੀਆਂ ਡਰੈਸਿਸ ਨੇ, ਜਾਂ ਇਹਨਾਂ ਦੀ ਮਾਰਕੀਟਿੰਗ ਟੀਮ ਆ ਜਿਹੜੀ ਉਹ ਇਹਨਾਂ ਨੂੰ ਚੁੱਕ ਰਹੀ ਆ, ਇਹਦੇ ਪਿੱਛੇ ਕੀ ਕੁਛ ਹੈ ਜਾਂ ਕੰਬੀਨੇਸ਼ਨ ਆ ਕਿਸ ਚੀਜ਼ਾਂ ਦਾ? ਜੀ ਮਿਸਟਰ ਥਿਨ, ਜਿਵੇਂ ਤੁਸੀਂ ਕਿਹਾ ਇਹ ਕੰਬੀਨੇਸ਼ਨ ਹੀ ਆ, ਪਰ ਜਿਹੜਾ ਇਹ ਟੂਰ ਆ ਇਹਦੇ ਉੱਪਰ ਓਬਵੀਅਸਲੀ ਖਰਚਾ ਤਾਂ ਬਹੁਤ ਕੀਤਾ ਗਿਆ। ਇਹਨਾਂ ਦੀ ਪੋਪੂਲੈਰਿਟੀ ਜਿਹੜੀ ਆ ਇਹਨਾਂ ਦੇ ਗਾਣਿਆਂ ਕਰਕੇ ਵਧੀ ਆ, ਪਰ ਟੂਰ ਉੱਪਰ ਮਾਰਕੀਟਿੰਗ ਵੀ ਬਹੁਤ ਹੀ ਜ਼ਿਆਦਾ ਜ਼ਬਰਦਸਤ ਆ। ਇਨਫੈਕਟ ਟੂਰ ਅਤੇ ਇਹਨਾਂ ਦੀ ਪੋਪੂਲੈਰਿਟੀ ਨਾਲ ਸੰਬੰਧਿਤ ਇੱਕ ਚੀਜ਼ ਆ ਜਿਸ ਨੂੰ ਕਿਹਾ ਜਾਂਦਾ ਹੈ ਫਰੈਂਡਸ਼ਿਪ ਬੈਂਡ ਜਾਂ ਫਰੈਂਡਸ਼ਿਪ ਬ੍ਰੇਸਲੈਟਸ, ਜੋ ਕਿ ਬਹੁਤ ਜ਼ਿਆਦਾ ਬਿਕੇ ਨੇ। ਸੋ ਜਿਹੜੇ ਇਹਨਾਂ ਦੇ ਫੈਨਸ ਨੇ ਉਹ ਬੀਡਸ ਨੂੰ ਯੂਜ਼ ਕਰਕੇ ਇੱਕ ਬ੍ਰੇਸਲੈਟ ਬਣਾਉਂਦੇ ਨੇ ਅਤੇ ਟੂਰਸ ਦੇ ਵਿੱਚ ਇਹਨਾਂ ਨੂੰ ਪਾਉਂਦੇ ਆ ਜਾਂ ਸਵਾਪ ਕਰਦੇ ਆ ਇੱਕ ਦੂਜੇ ਦੇ ਨਾਲ, ਅਦਲਾ ਬਦਲੀ ਕਰਦੇ ਨੇ ਬ੍ਰੇਸਲੈਟਸ ਦੀ। ਤੇ ਇਹ ਬ੍ਰੇਸਲੈਟ ਇੰਨੇ ਜ਼ਿਆਦਾ ਬਿਕੇ ਨੇ ਕਿ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਇਹ ਟੂਰ ਹੁੰਦਾ ਆ
ਉਸ ਸ਼ਹਿਰ ਦੇ ਵਿੱਚ 300 ਤੋਂ ਲੈ ਕੇ 500% ਤੱਕ ਵਾਧਾ ਹੁੰਦਾ ਆ ਬੀਡਸ ਦੀ ਸੇਲਸ ਦੇ ਵਿੱਚ। ਮਾਈਕਲਸ ਜੋ ਕਿ ਇੱਕ ਬਹੁਤ ਜ਼ਿਆਦਾ ਪੋਪੂਲਰ ਆਰਟ ਸ਼ਾਪ ਹੈ, ਉਸਨੇ ਇਹ ਕਾਫੀ ਜ਼ਿਆਦਾ ਰਿਪੋਰਟ ਕੀਤਾ ਆ ਕਿ ਸਾਡੀ ਸੇਲਸ ਵੱਧ ਜਾਂਦੀਆਂ ਨੇ ਜਦੋਂ ਇਹਨਾਂ ਦਾ ਕਾਨਸਰਟ ਹੁੰਦਾ ਆ ਉਹਨਾਂ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਸਾਡੇ ਸਟੋਰਸ ਨੇ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਟੇਲਰ ਸਵਿਫਟ ਥੀਮਡ ਇਵੈਂਟਸ ਹੋ ਰਹੇ ਨੇ, ਕਲਚਰਲ ਅਟਰੈਕਸ਼ਨਸ ਹੋ ਰਹੀਆਂ। ਵੈਨਕੂਵਰ ਦੇ ਵਿੱਚ ਵੀ ਗਰਾਊਸ ਮਾਊਂਟੇਨ ਸਾਇੰਸ ਵਰਲਡ ਦੇ ਵਿੱਚ ਡਿਕਲੇਅਰ ਕੀਤਾ ਹੋਇਆ ਕਿ ਸਵਿਫਟੀ ਡੇ ਇਵੈਂਟਸ ਹੋਣਗੇ ਇੱਥੇ। ਅਤੇ ਵੈਨਕੂਵਰ ਇੱਕ ਅਜਿਹਾ ਇਕੱਲਾ ਸ਼ਹਿਰ ਆ ਜਿੱਥੇ ਟੇਲਰ ਸਵਿਫਟ ਦਾ ਇੱਕ ਮਰਚ ਪੋਪਅਪ ਇਵੈਂਟ ਹੋਇਆ। ਸੋ ਜੇ ਤੁਸੀਂ ਹੁਡੀਜ਼, ਕੱਪੜੇ, ਫਰੈਂਡਸ਼ਿਪ ਬ੍ਰੇਸਲੈਟਸ ਜਾਂ ਹੋਰ ਯੂਨੋ ਪਾਉਣ ਵਾਲੀਆਂ ਚੀਜ਼ਾਂ ਲੈਣਾ ਚਾਹੁੰਦੇ ਹੋ ਟੂਰ ਤੋਂ ਪਹਿਲਾਂ, ਤਾਂ ਵੈਸਟਰਨ ਬੇਸ਼ੋਰ ਨੇ ਅਨਾਊਂਸ ਕੀਤਾ ਆ ਕਿ ਉਹਨਾਂ ਦੇ ਕੋਲ ਅਫੀਸ਼ਲ ਟੇਲਰ ਸਵਿਫਟ ਏਅਰਸ ਟੂਰ ਪ੍ਰਾਈਵੇਟ ਮਰਚ ਪੋਪਅਪ ਹੋਵੇਗਾ। ਤੇ ਇਹ ਵੀ ਇੱਕ ਮਾਰਕੀਟਿੰਗ ਸਕੀਮ ਹੀ ਆ, ਕਿਉਂਕਿ ਜੇ ਤੁਸੀਂ ਹਲੇ ਲੋਇਲਟੀ ਪ੍ਰੋਗਰਾਮ ਮੈਂਬਰ ਨਹੀਂ ਹੈਗੇ ਵੈਸਟਰਨ ਬੇਸ਼ੋਰ ਦੇ ਨਾਲ, ਤਾਂ ਤੁਹਾਨੂੰ ਪਹਿਲਾਂ ਮੈਂਬਰ ਬਣਨਾ ਪੈਣਾ, ਫਿਰ ਤੁਸੀਂ ਕੁਛ ਨਾ ਕੁਛ ਖਰੀਦ ਸਕਦੇ ਹੋ। ਅਤੇ ਹੋਟਲ ਜਿਹੜੇ ਗੈਸਟ ਨੇ ਵੈਸਟਰਨ ਬੇਸ਼ੋਰ ਦੇ, ਉਹਨਾਂ ਨੂੰ ਹਰ ਇੱਕ ਦਿਨ 30 ਮਿੰਟ ਦਿੱਤੇ ਜਾਣਗੇ ਬਾਕੀ ਲੋਕਾਂ ਦੇ ਆਉਣ ਤੋਂ ਪਹਿਲਾਂ ਜੇ ਉਹ ਕੁਝ ਖਰੀਦਣਾ ਚਾਹੁੰਦੇ ਨੇ। ਸੋ ਇੱਦਾਂ ਪਾਰਟਨਰਸ਼ਿਪਸ ਕਾਇਮ ਕਰਕੇ ਟੇਲਰ ਸਵਿਫਟ ਦੀ ਟੀਮ ਜਿਹੜੀ ਆ ਉਹਨਾਂ ਨੂੰ ਵੀ ਲਾਭ ਹੋ ਰਿਹਾ, ਅਤੇ ਜਿਹੜੇ ਹੋਰ ਬਿਜ਼ਨੈਸਿਸ ਉਹਨਾਂ ਨਾਲ ਪਾਰਟਨਰ ਕਰ ਰਹੇ ਨੇ ਉਹਨਾਂ ਨੂੰ ਵੀ ਲਾਭ ਹੋ ਰਿਹਾ। ਤੇ ਸ਼ਾਇਦ ਇਸੇ ਲਈ ਟੇਲਰ ਸਵਿਫਟ ਨੇ ਆਪਣੇ ਸਾਰੇ ਹੀ ਕਾਮਿਆਂ ਨੂੰ ਬੋਨਸਿਸ ਦਿੱਤੇ ਨੇ। ਬੋਨਸਿਸ ਵਿੱਚ $55 million ਟੇਲਰ ਸਵਿਫਟ ਸਪੈਂਡ ਕਰ ਚੁੱਕੇ ਨੇ। ਕਹਿੰਦੇ ਵੀ 34 ਸਾਲ ਦੀ ਇਹ ਗਾਉਣ ਵਾਲੀ ਆ ਅਤੇ ਇਹਨਾਂ ਨੇ 60 ਸ਼ੋਅਜ਼ ਦੇ ਵਿੱਚ ਤਕਰੀਬਨ $1 billion ਜਿਹੜਾ ਉਹ ਅਰਨ ਕੀਤਾ ਇਹਦੇ ਵਿੱਚੋਂ, ਬਹੁਤ ਵੱਡੀ ਰਕਮ ਹੈ ਕਹਿੰਦੇ ਇਹ। ਸੋ ਹਾਲੇ ਤੱਕ ਹੋਰ ਸਪਿਨ ਆਫ ਜਿਹੜੇ ਇਹਦੇ ਇਨਕਮ ਉਹ ਆਈ ਜਾਣੀ ਹੈ। ਹਾਂਜੀ 100% ਓਬਵੀਅਸਲੀ ਇਹਨਾਂ ਨੇ ਇਹ ਅਨਾਊਂਸ ਕੀਤਾ ਹੈ ਕਿ ਇਹ ਲਾਸਟ ਟੂਰ ਹੋਊਗਾ ਵੈਨਕੂਵਰ ਵਾਲਾ। ਹਾਲੇ ਫੈਨਸ ਇਹ ਬਣਾ ਰਹੇ ਨੇ ਥਿਊਰੀਜ਼ ਕਿ ਸ਼ਾਇਦ ਉਹ ਸਰਪ੍ਰਾਈਜ਼ ਟੂਰ ਡਰੌਪ ਕਰ ਦੇਣ, ਕਿਉਂਕਿ ਉਹਨਾਂ ਨੂੰ ਇੱਦਾਂ ਜਾਣਿਆ ਜਾਂਦਾ ਹੈ ਕਰਨ ਲਈ। ਪਰ ਇਹ ਇਹੋ ਜਿਹਾ ਗਿਫਟ ਆ ਜਿਹੜਾ ਇਟ ਕੀਪਸ ਔਨ ਗਿਵਿੰਗ, ਕਿਉਂਕਿ ਉਹਨਾਂ ਦੀ ਪਾਪੂਲੈਰਿਟੀ ਬਹੁਤ ਜ਼ਿਆਦਾ ਵੱਧ ਚੁੱਕੀ ਆ। ਐਂਡ ਈਵਨ ਜਿਹੜੀ ਏਅਰਸ ਟੂਰ ਦੀ ਇੱਕ ਡਾਕੂਮੈਂਟਰੀ ਆ ਜਿਹੜੀ ਟੇਲਰ ਸਵਿਫਟ ਨੇ ਬਣਵਾਈ ਸੀਗੀ, ਜਿਹੜਾ ਟੂਰ ਆ ਉਹ ਤਾਂ ਬਹੁਤ ਜ਼ਿਆਦਾ ਫੇਮਸ ਹੋਇਆ ਹੀ ਆ, ਪਰ ਇਹ ਡਾਕੂਮੈਂਟਰੀ ਵੀ ਇਤਿਹਾਸ ਦੀ ਸਭ ਤੋਂ ਜ਼ਿਆਦਾ ਹਾਈਐਸਟ ਗ੍ਰੋਸਿੰਗ ਡਾਕੂਮੈਂਟਰੀ ਬਣ ਚੁੱਕੀ ਆ। ਇਸਨੇ ਦੁਨੀਆ ਭਰ ਦੇ ਵਿੱਚ $261 million ਗਲੋਬਲੀ ਕਮਾਏ ਨੇ। ਇਹਦੀ ਪੂਰੀ ਬਿਲਕੁਲ ਐਨ ਜਿਵੇਂ ਪ੍ਰੋਪਰ ਮੂਵੀ ਹੁੰਦੀ ਆ ਉਵੇਂ ਫਿਲਮਿੰਗ ਹੋਈ ਸੀ। 40 ਤੋਂ ਜ਼ਿਆਦਾ ਕੈਮਰਾ ਲੱਗੇ, 100 ਤੋਂ ਜ਼ਿਆਦਾ ਮਾਈਕਰੋਫੋਨ ਲੱਗੇ। ਸੋ ਨਾ ਕਿ ਇਹ ਸਿਰਫ ਟੂਰ ਪਾਪੂਲਰ ਹੋਇਆ, ਇਹ ਟੂਰ ਦੀ ਡਾਕੂਮੈਂਟਰੀ ਹਲੇ ਤੱਕ ਪੈਸੇ ਕਮਾ ਰਹੀ ਆ। ਪ੍ਰਧਾਨ ਮੰਤਰੀ ਕੈਨੇਡਾ ਦੇ ਮੈਂ ਦੇਖਿਆ ਉੱਥੇ ਕਾਨਸਰਟ ਦੇਖਣ ਗਏ, ਖੜੇ ਆ ਬਾਹਰ ਔਰ ਉਹਦੇ ਗੀਤਾਂ ਦੇ ਉੱਤੇ ਧੁਨ ਦੇ ਉੱਤੇ ਨੱਚ ਰਹੇ ਆ, ਥਿਰਕ ਰਹੇ ਆ। ਪਰ ਇਹ ਜਿਹੜੀਆਂ ਐਲਬਮਸ ਨੇ ਕਿਹੜੀਆਂ ਨੇ ਜਿਹੜੀਆਂ ਪਾਪੂਲਰ ਜ਼ਿਆਦਾ ਹੋਈਆਂ ਨੇ, ਕਿਹੜੇ ਗੀਤ ਨੇ ਉਹ, ਕਿਸ ਕਿਸਮ ਦੇ ਗੀਤ ਨੇ? ਜੀ ਸੋ ਇਹਨਾਂ ਦੇ ਬਹੁਤ ਸਾਰੇ ਗੀਤ ਨੇ ਜਿਹੜੇ ਪਾਪੂਲਰ ਹੋਏ ਨੇ ਕਾਫੀ ਕਾਫੀ ਜੋਨਰਸ ਦੇ ਵਿੱਚ, ਜਿਵੇਂ ਕੰਟਰੀ ਜੋਨਰ, ਪੋਪ, ਇੰਡੀ ਫੋਕ ਅਤੇ ਅਲਟਰਨੇਟਿਵ ਰੌਕ। ਬਹੁਤ ਸਾਰੀਆਂ ਜਿਹੜੀਆਂ ਐਲਬਮਸ ਨੇ ਜਿਵੇਂ ਕਿ ਫੀਅਰਲੈਸ 1989, ਫੋਕਲੋਰ ਐਂਡ ਮਿਡ ਨਾਈਟਸ, ਇਹ ਕਾਫੀ ਕਾਫੀ ਪਾਪੂਲਰ ਹੋਈਆਂ ਨੇ। ਤੇ ਇਹ
ਪਿਆਰ ਮੁਹੱਬਤ ਨਾਲ ਜੁੜੇ ਹੋਏ ਗਾਣੇ ਨੇ ਜਾਂ ਬ੍ਰੇਕਅਪਸ ਦੇ ਨਾਲ ਜੁੜੇ ਹੋਏ ਗਾਣੇ ਨੇ, ਬਹੁਤ ਸਾਰੇ ਜਿਹੜੇ ਗਾਣੇ ਨੇ ਇਹ ਨੋਸਟੈਲਜੀਆ ਦਿੰਦੇ ਨੇ। ਨੋਸਟੈਲਜੀਆ ਮਤਲਬ ਜਿਹੜੇ ਹੁਣ ਬੱਚੇ 2000 ਦੇ ਵਿੱਚ ਵੱਡੇ ਹੋ ਰਹੇ ਸੀ, 2000s 2010s, ਇਹ ਗਾਣੇ ਸੁਣ ਕੇ ਉਹਨਾਂ ਨੂੰ ਦੁਬਾਰਾ ਆਪਣੇ ਬਚਪਨ ਦੀ ਯਾਦ ਆਉਂਦੀ ਆ। ਸੋ ਕ੍ਰੂਅਲ ਸਮਰ, ਲਵ ਸਟੋਰੀ ਵਰਗੇ ਜਿਹੜੇ ਗਾਣੇ ਨੇ, ਮੈਂ ਸੋਚ ਰਿਹਾ ਸੀ ਕਿਉਂਕਿ ਜਿਹੜੇ ਪਹਿਲਾਂ ਪਾਪੂਲਰ ਸਿੰਗਰ ਹੋਏ ਨੇ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਸਿਆਹ ਰੰਗ ਦੇ ਸਿੰਗਰ ਨੇ ਜਾਂ ਈਵਨ ਗੋਰੇ ਵੀ ਨੇ, ਉਹਦੇ ਵਿੱਚ ਨਸ਼ਿਆਂ ਦੀ ਗੱਲ, ਵਾਇਲੈਂਸ ਦੀ ਗੱਲ ਕਾਫੀ ਚੱਲੀ ਹੈ। ਪਰ ਇਹਨਾਂ ਨੇ ਜਿਹੜੇ ਗਾਣੇ ਇਸ ਦੇ ਵਿਪਰੀਤ ਜਿਹੜੇ ਗਾਏ ਨੇ, ਜਿਹੜੇ ਪਾਪੂਲਰ ਹੋਏ ਨੇ, ਉਹ ਪਿਆਰ ਮੁਹੱਬਤ ਦੇ ਵਿੱਚ ਖੁਸ਼ੀ ਦੇ, ਨੱਚਣ ਦੇ, ਗਮ ਦੇ, ਉਦਾਸੀ ਦੇ, ਅਥਰੂਆਂ ਦੇ, ਇਸ ਤਰ੍ਹਾਂ ਦੇ ਗੀਤ ਗਾਏ ਨੇ। ਬਿਲਕੁਲ ਬਿਲਕੁਲ, ਤੇ ਇਹਨਾਂ ਦੇ ਗੀਤ ਦੀ ਵਿਲੱਖਣਤਾ ਇਹ ਆ ਕਿ ਇਹਨਾਂ ਦਾ ਉਹ ਵੀ ਗੀਤ ਹੈਗਾ ਲਵ ਸਟੋਰੀ, ਜਿਹਦੇ ਉੱਪਰ ਲੋਕੀ ਪ੍ਰਪੋਜ਼ ਕਰਦੇ ਨੇ ਇੱਕ ਦੂਜੇ ਨੂੰ, ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ। ਪਰ ਇਹਨਾਂ ਦੇ ਅਜਿਹੇ ਵੀ ਗੀਤ ਨੇ ਜਿਹਨਾਂ ਨੂੰ ਸੁਣ ਕੇ ਲੋਕੀ ਬ੍ਰੇਕਅਪ ਦੇ ਥਰੂ ਜਾਂਦੇ ਨੇ। ਸੋ ਉਹ ਸੋਚਦੇ ਨੇ ਕਿ ਇਹਨਾਂ ਦੇ ਗੀਤ ਸੁਣ ਕੇ ਮੈਂ ਆਪਣੇ ਆਪ ਨੂੰ ਕਾਇਮ ਕਰਾਂ ਅਤੇ ਬ੍ਰੇਕਅਪ ਤੋਂ ਮੈਂ ਜੂਝ ਕੇ ਬਾਹਰ ਆ ਸਕਦਾ ਹਾਂ। ਸੋ ਜਿਹੜੀ ਇਹ ਕੈਟੇਗੋਰੀ ਹੈ ਰਿਲੇਸ਼ਨਸ਼ਿਪ ਦੀ ਕੈਟੇਗੋਰੀ, ਇਹਦੇ ਵਿੱਚ ਏ ਟੂ ਜ਼ੈਡ ਇਹਨਾਂ ਦੇ ਸਾਰੇ ਗੀਤ ਤੁਹਾਨੂੰ ਮਿਲਣਗੇ। ਨਸ਼ਿਆਂ ਦੇ ਗੀਤ ਨਹੀਂ ਗਾਉਂਦੀ? ਨਹੀਂ ਜੀ, ਜਿੱਥੇ ਤੱਕ ਮੈਂ ਸੁਣਿਆ ਬਹੁਤਾ ਇਹਨਾਂ ਨੇ ਉਸ ਦੇ ਬਾਰੇ ਨਹੀਂ ਗਾਇਆ। ਇਹ ਜ਼ਿਆਦਾਤਰ ਰਿਸ਼ਤਿਆਂ ਬਾਰੇ ਗਾਉਂਦੇ ਨਹੀਂ, ਆਪਣੇ ਆਪ ਨੂੰ ਅਪਲਿਫਟ ਕਰਨ ਬਾਰੇ, ਸੈਲਫ ਇਸਟੀਮ ਬਾਰੇ ਗਾਉਂਦੇ ਨੇ। ਸੋ ਹੁਣ 3 ਸ਼ੋਅ ਉਪਰੋਥਲੀ ਹੋਣੇ ਆ ਇਹ? ਹਾਂਜੀ, 3 ਦਿਨ ਇਹ ਸ਼ੋਅ ਹੋਣਗੇ ਅਤੇ ਕਾਫੀ ਜ਼ਿਆਦਾ ਜਿਹੜੇ ਸੈਮੀ ਟਰੱਕਸ ਨੇ ਕਹਿੰਦੇ ਨੇ ਇਹ 10 ਜਾਂ 20 ਤੋਂ ਵੀ ਜ਼ਿਆਦਾ ਆ ਚੁੱਕੇ ਨੇ ਆਲਰੇਡੀ BC ਪਲੇ ਸਟੇਡੀਅਮ ਦੇ ਵਿੱਚ ਹੈਗੇ ਨੇ। ਇਹਨਾਂ ਟਰੱਕਸ ਦੇ ਵਿੱਚ ਸਟੇਜ ਆਇਆ ਹੈ, ਜਿਹੜਾ ਮਰਚੈਂਡਾਈਜ਼ ਆ ਉਹ ਆਇਆ। ਕਹਿੰਦੇ ਆ ਕਿ ਜਿਹੜੀ ਟੇਲਰ ਸਵਿਫਟ ਆ, 8 ਕਸਟਮ ਮੇਡ ਗਿਟਾਰਸ ਇਹ ਯੂਜ਼ ਕਰਨਗੇ ਆਪਣੇ ਸ਼ੋਅ ਦੇ ਵਿੱਚ, ਤੇ ਇੱਕ ਗਿਟਾਰ ਉੱਪਰ ਜਿਹੜੇ ਜੂਅਲਸ ਲੱਗੇ ਹੋਏ ਨੇ ਉਹ ਇਹਨਾਂ ਦੀ ਫੈਮਿਲੀ ਨੇ, ਇਹਨਾਂ ਦੇ ਪਰਿਵਾਰ ਨੇ ਆਪਣੇ ਹੱਥੀਂ ਗਿਟਾਰ ਉੱਪਰ ਲਾਏ ਨੇ। ਸੋ ਓਪਨਿੰਗ ਐਕਟ ਵੀ ਹੋਵੇਗੀ ਜਿਸ ਦੇ ਵਿੱਚ ਗ੍ਰੇਸੀ ਐਬਰਮਸ ਆਉਣਗੇ, ਤੇ ਇਹ ਵੀ ਕਿਹਾ ਜਾ ਰਿਹਾ ਕਿ BC ਪਲੇਸ ਦੇ ਆਲੇ ਦੁਆਲੇ ਇੱਕ ਫੈਂਸ ਲਾਈ ਜਾਵੇਗੀ, ਸੋ ਸਿਰਫ ਟਿਕਟ ਹੋਲਡਰਸ ਹੀ ਅੰਦਰ ਜਾ ਸਕਦੇ ਨੇ। ਇਸ ਦਿਨ ਟਰਾਂਸ ਲਿੰਕ ਦੀਆਂ ਐਕਸਟਰਾ ਸਰਵਿਸਿਜ਼ ਹੋਣਗੀਆਂ, ਜ਼ਿਆਦਾ ਬੱਸ, ਸਕਾਈ ਟ੍ਰੇਨ, ਸੀ ਬੱਸ, ਤੇ ਇੱਕ ਸਪੈਸ਼ਲ ਸਵਿਫਟ ਸ਼ਟਲ ਹੋਵੇਗੀ ਜੋ ਕਿ BC ਪਲੇਸ ਤੋਂ ਕੌਨਸਰਟ ਗੋਰਸ ਨੂੰ ਵਾਟਰ ਫਰੰਟ ਤੱਕ ਲੈ ਕੇ ਜਾਵੇਗੀ ਤਾਂ ਕਿ ਟ੍ਰਾਂਸਿਟ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। ਇਸ ਦੇ ਨਾਲ ਨਾਲ ਇਹ ਵੀ ਕਹਿਣਾ ਇੱਥੇ ਬਹੁਤ ਜ਼ਰੂਰੀ ਆ ਸਾਰੇ ਸੁਣਨ ਵਾਲਿਆਂ ਦੇ ਲਈ, ਜੇ ਤੁਸੀਂ ਟੇਲਰ ਸਵਿਫਟ ਨੂੰ ਨਹੀਂ ਦੇਖਣ ਜਾ ਰਹੇ ਤਾਂ ਇਹਨਾਂ ਦਿਨਾਂ ਦੇ ਵਿੱਚ ਡਾਊਨ ਟਾਊਨ ਜਾਣਾ ਪੂਰਾ ਪੂਰਾ ਅਵੋਇਡ ਕਰਨਾ ਚਾਹੀਦਾ ਹੈ ਫਰਾਈਡੇ ਤੋਂ ਲੈ ਕੇ ਸੰਡੇ ਤੱਕ, ਕਿਉਂਕਿ ਜਿਵੇਂ ਤੁਸੀਂ ਕਿਹਾ 1,60,000 ਲੋਕ ਆ ਰਿਹਾ ਹੈ 36 ਕੰਟਰੀਜ਼ ਤੋਂ ਕਿਹਾ ਜਾ ਰਿਹਾ ਹੈ। 70% ਤੋਂ ਜ਼ਿਆਦਾ ਲੋਕ ਲੋਅਰ ਮੇਨਲੈਂਡ ਤੋਂ ਬਾਹਰ ਹੀ ਨੇ। ਸੋ ਬਹੁਤ ਸਾਰੀਆਂ ਰੋਡ ਕਲੋਜ਼ਰਸ ਹੋਣੀਆਂ ਨੇ, ਡੈਜ਼ਿਗਨੇਟਿਡ ਡਰੋਪ ਆਫ ਤੇ ਪਿਕਅਪ ਜ਼ੋਨਸ ਹੋਣਗੀਆਂ ਜਿੱਥੇ ਤੁਸੀਂ ਛੱਡ ਜਾਂ ਲੈ ਸਕਦੇ ਹੋ ਜਿਸ ਜੇ ਕਿਸੇ ਨੂੰ ਪਿਕਅਪ ਕਰ ਰਹੇ ਹੋ। ਪਰ ਉਸ ਤੋਂ ਇਲਾਵਾ ਊਬਰ ਅਤੇ ਲਿਫਟ ਦੀ ਵੀ ਸਰਜ ਪ੍ਰਾਈਸਿੰਗ ਹੋਣੀ ਹੈ, ਉਹਨਾਂ ਨੇ ਪ੍ਰਾਈਸਿਸ ਵਧਾ ਦੇਣੀਆਂ ਨੇ। ਸੋ ਜੇ ਅਵੋਇਡ ਕਰ ਸਕਦੇ ਹੋ, ਜੇ ਟੇਲਰ ਸਵਿਫਟ ਨਹੀਂ ਦੇਖਣ ਜਾ ਰਹੇ ਤਾਂ ਵੈਨਕੂਵਰ ਡਾਊਨ ਟਾਊਨ ਤੋਂ ਦੂਰ ਹੀ ਰਹਿਣਾ ਚਾਹੀਦਾ ਇਸ ਵੀਕਐਂਡ। ਜਿਹਨਾਂ ਨੇ ਵੇਖਣ ਜਾਣਾ ਜ਼ਰੂਰ। ਇਹਨਾਂ ਦੀ ਤੁਸੀਂ ਪਰਸਨਲ ਲਾਈਫ ਬਾਰੇ ਨਹੀਂ ਦੱਸਿਆ ਜੀ। ਟੇਲਰ ਸਵਿਫਟ ਕਾਫੀ ਫੈਮਿਲੀ ਪਰਸਨ ਨੇ, ਬੱਚੇ ਨਹੀਂ ਹਲੇ ਤੱਕ ਇਹਨਾਂ ਦੇ ਕੋਈ ਬੱਚੇ ਨਹੀਂ, ਇਹ ਸਿੰਗਲ ਹਨ। ਇਹਨਾਂ ਦੀ ਐਕਸਿਸ ਅਤੇ ਬੋਏਫ੍ਰੈਂਡਸ ਕਾਫੀ ਰਹੇ ਹਨ, ਇਹਨਾਂ ਦੀ ਡੇਟਿੰਗ ਹਿਸਟਰੀ ਕਾਫੀ ਭਰਪੂਰ ਹੈ ਵੱਖਰੇ ਵੱਖਰੇ ਐਕਸਪੀਰੀਅੰਸਿਸ ਦੇ ਨਾਲ।
ਮੈਂ ਜੇ ਕਾਫੀ ਲੰਬੀ ਲਿਸਟ ਹੈ, ਪਰ ਇਹਨਾਂ ਨੇ ਜੋ ਜੋਨਸ ਨੂੰ ਡੇਟ ਕੀਤਾ ਹੈ ਜੋ ਕਿ ਕਾਫੀ ਪਾਪੂਲਰ ਨੇ, ਹੈਰੀ ਸਟਾਈਲਸ, ਕੈਲਵਿਨ ਹੈਰਿਸ, ਇਹਨਾਂ ਦੇ ਨਾਮ ਕਾਫੀ ਲੋਕਾਂ ਨਾਲ ਜੋੜੇ ਗਏ ਹਨ, ਪਰ ਜ਼ਿਆਦਾਤਰ ਹੁਣ ਆਪਣੀ ਫੈਮਿਲੀ ਬਾਰੇ ਗੱਲ ਕਰਦੇ ਨੇ। ਸੋ ਹਲੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਸ਼ਾਇਦ ਕਿਸੇ ਹੋਰ ਨੂੰ ਡੇਟ ਕਰਨ ਦੇ ਬਾਰੇ ਸੋਚਣ, ਪਰ ਹਲੇ ਤੱਕ ਇਹਨਾਂ ਦੀ ਆਪਣੀ ਕੋਈ ਔਲਾਦ ਨਹੀਂ ਹੈ ਅਤੇ ਹਲੇ ਆਪਣੀ ਇਹਨਾਂ ਨੇ ਕੋਈ ਫੈਮਿਲੀ ਨਹੀਂ ਸ਼ੁਰੂ ਕੀਤੀ, ਪਰ ਆਪਣੇ ਮੋਮ ਅਤੇ ਡੈਡ ਦੇ ਨਾਲ ਇਹਨਾਂ ਦੀ ਕਾਫੀ ਨੇੜਤਾ ਹੈ। ਨੈਨਾ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ ਮਿਸਟਰ ਥਿਨ, ਸਤਿ ਸ਼੍ਰੀ ਅਕਾਲ। ਸਾਡੇ ਕੰਟੈਂਟ ਕੰਟਰੀਬਿਊਟਰ ਨੈਨਾ ਅਗਰੇਵਾਲ ਗੱਲਬਾਤ ਕਰ ਰਹੇ ਸਨ।